ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 'ਚ ਤੁਸੀਂ ਪਹੁੰਚੇ ਹੋ, ਕਿਵੇਂ ਦੇ ਤਜ਼ਰਬੇ ਪਹਿਲੇ ਦਿਨਾਂ ਦੇ ਵਿੱਚ ਰਹੇ ਨੇ? ਕਿਉਂਕਿ ਸ਼ੁਰੂਆਤ ਜਿਹੜੀ ਹੈ ਤੁਸੀਂ ਸਟੂਡੈਂਟ ਯੂਨੀਅਨ ਤੋਂ ਕਰਦੇ ਹੋ ਔਰ ਉਸ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਹੁੰਚ ਜਾਂਦੇ ਹੋ, ਔਰ ਉੱਥੇ ਪਹੁੰਚ ਕੇ ਕਿਵੇਂ ਦਾ ਤਜ਼ਰਬਾ ਰਿਹਾ? ਡੈਫੀਨੇਟਲੀ ਤਜ਼ਰਬਾ ਤਾਂ ਇਸ ਤੋਂ ਉੱਪਰ ਕੀ ਹੋ ਸਕਦਾ ਹੈ, ਲੇਕਿਨ ਹਜੇ ਇਨੀਸ਼ੀਅਲ ਸਟੇਜ ਹੈ ਔਰ ਸਪੀਕਰ ਔਰ ਜਿਹੜਾ ਆਪਣਾ ਉਹਦੀ ਇਲੈਕਸ਼ਨ ਹੋਈ ਹੈ ਪਿਛਲੇ ਦਿਨਾਂ 'ਚ, ਇੱਕ ਗੱਲ ਤਾਂ ਬੜੀ ਸਪੱਸ਼ਟ ਹੈ ਕਿ ਮੋਦੀ ਜੀ ਦੀ ਸਰਕਾਰ ਲੋਕਤੰਤਰਿਕ ਮਰਿਆਦਾਵਾਂ ਪਰੰਪਰਾਵਾਂ ਨੂੰ ਅਪਣਾਉਣ ਲਈ ਹਜੇ ਵੀ ਤਿਆਰ ਨਹੀਂ ਹੈ। ਸਾਡਾ ਜਿਹੜਾ ਸ਼ੁਰੂਆਤੀ ਇੱਕ ਦੋ ਦਿਨ ਰਹੇ ਆ ਅਸੀਂ, ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਬੜੀ ਇਲੀਗਲ ਅਰੈਸਟ ਹੋਈ ਆ, ਉਹਦੇ ਖਿਲਾਫ਼ ਅਸੀਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਬਾਹਰ ਪ੍ਰੋਟੈਸਟ ਕਰ ਰਹੇ ਹਾਂ ਤਾਂ ਕਿ ਲੋਕਾਂ ਤੱਕ ਇਹ ਗੱਲ ਜਾਵੇ। ਅੱਜ ਪਾਰਲੀਮੈਂਟ ਦੇ ਵਿੱਚ ਨੀਟ ਦਾ ਮੁੱਦਾ ਉੱਠਣ ਵਾਲਾ ਹੈ, ਪ੍ਰੀਖਿਆ ਦਾ ਮੁੱਦਾ ਉੱਠਣ ਵਾਲਾ ਹੈ, ਕੀ ਕੁਛ ਤੁਹਾਡੇ ਵੱਲੋਂ ਰਹਿਣ ਵਾਲਾ, ਕਿਹੜੇ ਕਿਹੜੇ ਮਸਲੇ ਤੁਹਾਡੇ ਵੱਲੋਂ ਹੁਣ ਚੁੱਕੇ ਜਾ ਰਹੇ ਨੇ? ਕੱਲ੍ਹ ਇੰਡੀਆ ਬਲੌਕ ਦੀ ਮੀਟਿੰਗ ਹੋਈ ਸੀ ਜਿਹਦੇ 'ਚ ਸਾਡੇ ਰਾਜ ਸਭਾ ਦੇ ਲੀਡਰ ਸੰਜੇ ਸਿੰਘ ਜੀ ਔਰ ਲੋਕ ਸਭਾ ਜਿਹੜੇ ਸਾਡੇ ਲੀਡਰ ਆ ਅਮੀਤ ਹੇਅਰ ਜੀ ਨੇ ਪਾਰਟੀਸਪੇਟ ਕੀਤਾ ਹੈ, ਔਰ ਇੰਡੀਆ ਬਲੌਕ ਨੇ ਇਸ ਗੱਲ 'ਤੇ ਸਹਿਮਤੀ ਬਣਾਈ ਆ ਵੀ ਅੱਜ ਹਾਊਸ ਦੇ ਅੰਦਰ ਜਿਹੜਾ ਆ ਨੌਜਵਾਨਾਂ ਦੇ ਭਵਿੱਖ ਨਾਲ ਜਿਹੜਾ ਖਿਲਵਾੜ ਹੋਇਆ ਨੀਟ ਦੇ ਇਗਜ਼ਾਮ ਦੇ ਰਾਹੀਂ ਜਿਹੜੀ ਧਾਂਦਲੀ ਹੋਈ ਆ ਉਹ 'ਤੇ ਉਹਦੇ 'ਤੇ ਬੱਚਿਆਂ ਦੀ ਨੌਜਵਾਨਾਂ ਦੀ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਉਠਾਈ ਜਾਵੇ। ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਔਰ ਰਾਜ ਸਭਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਗੈਰ ਕਾਨੂੰਨੀ ਅਰੈਸਟ ਹੋਈ ਆ CBI ਵੱਲੋਂ ਉਹਦੇ ਖਿਲਾਫ਼ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਕਰਾਂਗੇ। ਪੰਜਾਬ 'ਚ ਬੇਹੱਦ ਉਥਲ ਪੁਥਲ ਅਕਾਲੀ ਦਲ 'ਚ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਲੰਧਰ ਦਾ ਬਾਈ ਇਲੈਕਸ਼ਨ ਹੈ, ਆਪਣਾ ਜਿਹੜਾ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਅਸੀਂ BSP ਨੂੰ ਸਪੋਰਟ ਕਰਾਂਗੇ, ਜਿਹੜਾ ਉਹਨਾਂ ਦਾ ਕੈਂਡੀਡੇਟ ਸੀ ਉਹ ਨਾਮ ਵਾਪਸ ਲੈ ਲਿਆ, ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਜਿਹੜੇ ਕਿਹਾ ਜਾ ਰਿਹਾ ਕਿ ਬਾਗੀ ਧੜੇ ਦੇ ਨਾਲ ਨੇ ਉਹ ਅੰਮ੍ਰਿਤਪਾਲ ਤੋਂ ਸਮਰਥਨ ਮੰਗ ਰਹੇ ਨੇ, ਕਹਿ ਰਹੇ ਨੇ ਕਿ ਸਾਨੂੰ ਅੱਜ ਕੋਈ ਪੰਥਕ ਮੰਨਣ ਨੂੰ ਤਿਆਰ ਨਹੀਂ ਹੈ, ਇਹ ਬੀਬੀ ਜਗੀਰ ਕੌਰ ਹੋਰੀ ਕਹਿ ਰਹੇ ਨੇ। ਦੇਖੋ ਬੜਾ ਕਨਫਿਊਜ਼ਨ ਦੀ ਸਥਿਤੀ ਹੈ ਔਰ ਕੋਈ ਵੀ ਇੱਕ ਦੂਜੇ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ ਹੈ। ਅਨਫੋਰਚੁਨੇਟਲੀ ਦੇਸ਼ ਦੀ ਬਹੁਤ ਸਭ ਤੋਂ ਵੱਡੀ ਪੁਰਾਣੀ ਔਰ ਬੜੀ ਕੁਰਬਾਨੀਆਂ ਨਾਲ ਬਣੀ ਅਕਾਲੀ ਦਲ ਵਰਗੀ ਜਮਾਤ ਨੂੰ ਕੁਛ ਪਰਿਵਾਰਾਂ ਨੇ ਆਪਣੇ ਨਿੱਜੀ ਹਿੱਤਾਂ ਦੇ ਕਾਰਨ ਅੱਜ ਜਿਹੜਾ ਆ ਖੇਰੂ ਖੇਰੂ ਕਰਤਾ ਆ, ਖਤਮ ਕਰਨ ਦੀ ਕਗਾਰ 'ਤੇ ਆ ਗਿਆ। ਉਹਦਾ ਕਾਰਨ ਇਹੀ ਰਿਹਾ ਵੀ ਚਾਹੇ ਉਹ ਇਹ 10-12 ਜਿਹੜੇ ਪਰਿਵਾਰ ਹੈ ਇਹਨਾਂ ਦੇ ਆਪਣੇ ਨਿੱਜੀ ਹਿੱਤ ਭਾਰੀ ਪੈ ਗਏ ਔਰ ਪਾਰਟੀ ਇੰਟਰਸਟ ਦੇਖਿਆ ਨਹੀਂ ਔਰ ਇਹ ਪਾਰਟੀ ਖਤਮ ਹੋਣ ਦੀ ਕਗਾਰ 'ਤੇ ਆ। ਇਹ ਜੋ ਮਰਜ਼ੀ ਕਹੀ ਜਾਣ, ਹੁਣ ਜਲੰਧਰ ਦੀ ਜਿਹੜੀ ਟਿਕਟ ਅਨਾਊਂਸ ਹੋਈ ਆ ਉਹ ਤਾਂ ਸੁਖਬੀਰ ਬਾਦਲ ਜੀ ਵੱਲੋਂ ਉਹਨਾਂ ਨੂੰ ਜਿਹੜਾ ਹੈਗਾ ਪ੍ਰੋਪਰ ਆਫੀਸ਼ੀਅਲੀ ਨੋਮੀਨੇਟ ਕੀਤਾ ਗਿਆ ਸੀ ਬਤੌਰ ਕੈਂਡੀਡੇਟ, ਹੁਣ ਇਹ BSP। ਸੋ ਮੈਂ ਕਹਿ ਰਿਹਾ ਇਹ ਸਾਰੇ ਇੱਕ ਬੜੇ ਕਨਫਿਊਜ਼ ਔਰ ਆਪਾ ਧਾਪੀ ਵਾਲੀ ਗੱਲ ਹੈ, ਕੋਈ ਵੀ ਇੱਕ ਦੂਸਰੇ 'ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹੈ ਔਰ ਹੁਣ ਮੈਨੂੰ ਲੱਗਦਾ ਵੀ ਕੋਈ ਬਹੁਤ ਜ਼ਿਆਦਾ ਐਗਜਿਸਟੈਂਸ ਰਾਜਨੀਤਿਕ ਤੌਰ 'ਤੇ ਇਹਨਾਂ ਦੀ ਆਉਣ ਵਾਲੇ ਟਾਈਮ 'ਚ ਰਹਿ ਨਹੀਂ ਜਾਣੀ। ਅੰਮ੍ਰਿਤਪਾਲ ਦਾ ਸਮਰਥਨ ਮੰਗਿਆ ਜਾ ਰਿਹਾ, ਫਰਕ ਨਜ਼ਰ ਆਏਗਾ ਅੰਮ੍ਰਿਤਪਾਲ ਦੇ ਸਮਰਥਨ ਨਾਲ ਔਰ ਜਦੋਂ ਅਕਾਲੀ ਦਲ ਕਹਿ ਰਹੇ ਸਾਡੇ ਕੈਂਡੀਡੇਟ ਨਹੀਂ ਅਸੀਂ BSP ਨੂੰ ਸਪੋਰਟ ਕਰਾਂਗੇ? ਦੇਖੋ ਇਹ ਤਾਂ ਉਹਨਾਂ ਦਾ ਆਪਣਾ ਆਪਣਾ ਮੰਨਣਾ ਹੈ, ਲੇਕਿਨ ਵੈਸੇ ਵੀ ਜਿਹੜੀ ਇਹ ਸੀਟ ਹੈ ਉੱਥੇ ਵੈਸੇ ਵੀ ਇਹਨਾਂ ਦਾ ਵੈਸੇ ਵੀ ਕੁਛ ਬਣਨ ਕੋਈ ਜ਼ਿਆਦਾ ਚਾਂਸ ਹੈ ਨਹੀਂ। ਹੁਣ ਉਹ ਆਪਣੀ ਆਪਣੀ ਜਿਹੜੀ ਨਿੱਜ ਹੈ ਉਹਨੂੰ ਪ੍ਰਭਾਵੀ ਰੱਖਣ ਲਈ ਅਲੱਗ ਅਲੱਗ ਤਰੀਕੇ ਨਾਲ ਰਸਤੇ ਜਿਹੜੇ ਆ ਇਹ ਸਾਰੇ ਲੀਡਰ ਜਿਹੜੇ ਚਾਹੇ ਉਹ ਬਾਗੀ ਧੜਾ ਕਹਿ ਲਓ ਚਾਹੇ ਸੁਖਬੀਰ ਬਾਦਲ ਦਾ ਧੜਾ ਕਹਿ ਲਓ, ਉਹ ਲੱਭ ਰਹੇ ਆ, ਇਸ ਤੋਂ ਬਚਣ ਦੇ ਰਸਤੇ ਲੱਭ ਰਹੇ ਬੇਸਿਕਲੀ। ਸੁਖਬੀਰ ਬਾਦਲ ਹੋਰਾਂ ਦੇ ਧੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਪਿੱਛੇ BJP ਓਪਰੇਸ਼ਨ ਲੋਟਸ ਚਲਾ ਰਹੀ ਹੈ BJP ਅਕਾਲੀ ਦਲ ਦੇ ਵਿੱਚ, ਔਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਇਹ ਸਾਰੇ BJP ਦੇ ਲਈ ਕੰਮ ਕਰ ਰਹੇ ਨੇ। ਦੋ ਦਿਨ ਪਹਿਲਾਂ ਹਜੇ ਸਪੀਕਰ ਦੀ ਚੋਣ ਹੋਈ ਆ, ਉਹਦੇ 'ਤੇ ਹਰਸਿਮਰਤ ਕੌਰ ਬਾਦਲ ਜਿਹੜੇ ਇਕਲੌਤੇ MP ਹੈ ਅਕਾਲੀ ਦਲ ਦੇ, ਉਹਨਾਂ ਨੇ ਤਾਂ ਹਿਮਾਇਤ BJP ਦੀ ਇੱਥੇ ਪਾਰਲੀਮੈਂਟ ਦੇ ਅੰਦਰ ਕੀਤੀ ਹੈ, ਅਤੇ ਇਹ ਕਿਹੜੇ ਮੂੰਹ ਨਾਲ ਕਹਿ ਰਿਹਾ ਵੀ ਉਹ BJP ਦੇ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹੈ।
ਇੰਨੇ ਸਾਲ ਮਲਾਈ ਖਾਣ ਦੀ 96 ਤੋਂ ਲੈ ਕੇ ਲਗਾਤਾਰ ਉਹਨਾਂ ਦਾ ਲਾਈਨ ਹੈ ਔਰ ਇੱਕ ਪਰਿਵਾਰ ਮਿਨਿਸਟਰ ਰਿਹਾ ਹੈ ਔਰ ਜਿਸ ਤਰੀਕੇ ਨਾਲ ਮੋਦੀ ਸਾਹਿਬ ਨੇ ਮਨਮਰਜ਼ੀ ਨਾਲ ਸਪੀਕਰ ਦੀ ਚੋਣ ਕੀਤੀ ਆ, ਲੋਕਤੰਤਰਿਕ ਜਿਹੜੀਆਂ ਮਰਿਆਦਾਵਾਂ ਪਰੰਪਰਾਵਾਂ ਦੀ ਢਾਹ ਲਾ ਕੇ ਉਹਦੇ 'ਚ ਹਰਸਿਮਰਤ ਬਾਦਲ ਭਾਗੀਦਾਰ ਬਣੀ ਆ, ਉਹਨੇ ਤਾਂ ਇੱਕ ਵਾਰ ਵੀ ਨਹੀਂ ਇੱਥੇ ਆਵਾਜ਼ ਇਹ ਜਿਹੜੀ ਇਹ ਅਨਡੈਮੋਕ੍ਰੈਟਿਕ ਤਰੀਕੇ ਨਾਲ ਚੁਣਿਆ ਹੈ ਉਹਦੇ 'ਤੇ ਕੋਈ ਆਵਾਜ਼ ਹੀ ਨਹੀਂ ਹਰਸਿਮਰਤ ਨੇ ਚੱਕੀ, ਈਵਨ ਉਹਦੀ ਸਪੋਰਟ ਕੀਤੀ ਆ ਬੀਜੇਪੀ ਦੀ। ਅਕਾਲੀ ਦਲ ਦਾ ਭਵਿੱਖ ਕੀ ਦੇਖਦੇ ਹੋ ਔਰ ਅਕਾਲੀ ਦਲ ਦੀ ਇਹ ਹਾਲਤ ਹੋਣ ਦੀ ਵਜ੍ਹਾ ਤੁਹਾਨੂੰ ਕੀ ਨਜ਼ਰ ਆਉਂਦੀ ਔਰ ਕੀ ਅਕਾਲੀ ਦਲ ਉੱਠ ਪਾਏਗਾ? ਨਹੀਂ, ਮੈਂ ਤਾਂ ਆਲਰੇਡੀ ਇਹ ਕਹਿ ਚੁੱਕਿਆ ਵੀ ਇਹਨਾਂ ਦੀ ਨਿੱਜ ਪ੍ਰਸਤੀ ਜਿਹੜੀ ਸੀ ਪਰਿਵਾਰਾਂ ਦੀ, ਕੁਝ ਜਿਹੜੇ ਪਰਿਵਾਰ ਕਾਬਜ਼ ਹੋ ਗਏ ਸੀ ਜਿਨ੍ਹਾਂ ਦੇ ਆਪਣੇ ਬੱਚਿਆਂ ਦੇ ਮੋਹ ਗਾਂ ਪੁੱਤਰਾਂ ਦੇ ਦੋਹਤਰਿਆਂ ਦੇ ਮੋਹ 'ਤੇ ਆ, ਉਹ ਆਪਣੀ ਨਿੱਜ ਹਿੱਤਾਂ ਦੇ ਚੱਕਰ 'ਚ ਇਹਨਾਂ ਨੇ ਪਾਰਟੀ ਨੂੰ ਜਿਹੜੀ ਹੈ ਖਤਮ ਕਰਨ ਦੇ ਕਗਾਰ 'ਤੇ ਆ, ਖਤਮ ਹੀ ਆਲਮੋਸਟ, ਕੋਈ ਅੱਛੀ ਗੱਲ ਨਹੀਂ ਗੀ। ਉਹਦੇ ਕਾਰਨ ਹੀ ਇਹੀ ਆ ਵੀ ਇਹਨਾਂ ਦੇ ਆਪਣੀ ਆਪਣੀ ਪਰਿਵਾਰਿਕ ਰਾਜਨੀਤੀ ਬਚਾਉਣ ਦੇ ਚੱਕਰ 'ਚ ਇਹਨਾਂ ਨੇ ਪਾਰਟੀ ਨੂੰ ਖਤਮ ਕੀਤਾ ਹੈ। ਦਿੱਲੀ 'ਚ ਥੋੜ੍ਹੀ ਦੇਰ ਮੀਂਹ ਪਿਆ ਔਰ ਬੁਰੀ ਹਾਲਤ ਹੋ ਗਈ ਟਰਮੀਨਲ, ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਉੱਥੇ ਇੱਕ ਸ਼ਖਸ ਦੀ ਮੌਤ ਵੀ ਹੋ ਗਈ, 4 ਲੋਕ ਜ਼ਖਮੀ ਹੋ ਗਏ, ਹਰ ਪਾਸੇ ਚਾਹੇ ਮਿੰਟੋ ਰੋਡ ਚਲੇ ਜਾਓ ਪੰਜਾਬ ਭਵਨ ਪਾਣੀ ਭਰਿਆ ਪਿਆ, ਹਾਲਤ ਪਾਣੀ ਪਾਣੀ ਹੋ ਗਈ ਦਿੱਲੀ। ਚਲੋ ਪਹਿਲੀ ਬਾਰਿਸ਼ ਦੇ ਟਾਈਮ, ਕਿਉਂਕਿ ਇਹ ਪਹਿਲੀ ਬਾਰਿਸ਼ ਹੈ ਔਰ ਲਗਾਤਾਰ ਬਾਰਿਸ਼ ਹੋ ਰਹੀ ਹੈ ਰਾਤ ਦੀ, ਜ਼ਰੂਰ ਇਹਦੇ ਤੋਂ ਕੋਈ ਜਿਹੜੀਆਂ ਕਮੀ ਪੇਸ਼ੀ ਨੂੰ ਕਾਰਪੋਰੇਸ਼ਨ ਉੱਤੇ ਆਉਣ ਟਾਈਮ 'ਚ ਜਿਹੜੀ ਉਚਿਤ ਕਾਰਵਾਈ ਜਿਹੜੀ ਆ ਤਰੀਕੇ ਨਾਲ ਪ੍ਰਬੰਧ ਕਰੂਗਾ। ਲੇਕਿਨ ਦਿੱਲੀ ਏਅਰਪੋਰਟ 'ਤੇ ਜੋ ਕੁਛ ਹੋਇਆ ਉਹ ਪੂਰੀ ਦੁਨੀਆ ਦੇ ਵਿੱਚ ਸ਼ਰਮਸਾਰ ਕਰਨ ਵਾਲਾ ਨਜ਼ਰ ਆਉਂਦਾ। ਦਿੱਲੀ ਏਅਰਪੋਰਟ 'ਤੇ ਕੀ? ਦਿੱਲੀ ਏਅਰਪੋਰਟ ਪਾਣੀ ਦੀ ਵਜ੍ਹਾ ਕਰਕੇ, ਮੀਂਹ ਦੀ ਵਜ੍ਹਾ ਕਰਕੇ ਉੱਥੇ ਡਿੱਗ ਜਾਂਦੀ ਹੈ ਔਰ ਕਾਰ ਦੇ ਉੱਤੇ ਕਈ ਕਾਰ ਜ਼ਖਮੀ ਹੋ ਜਾਂਦੀਆਂ ਨੇ, ਇੱਕ ਸ਼ਖਸ ਦੀ ਮੌਤ ਹੋ ਜਾਂਦੀ, 4 ਲੋਕਾਂ ਦੀ ਮੌਤ ਹੋ ਜਾਂਦੀ। ਡੈਫੀਨੇਟਲੀ ਅਨਫੋਰਚੁਨੇਟ ਹੈ। ਦੇਖੋ ਗੱਲ ਇਹ ਆ ਵੀ ਇਹ ਤਾਂ ਜਿਹੜੀ ਕੰਸਰਨ ਅਥਾਰਟੀਜ਼ ਹੈ ਉਹਨਾਂ ਨੂੰ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਣੇ ਚਾਹੀਦੇ। ਸਾਡੇ ਮੁਲਕ ਦੀ ਤ੍ਰਾਸਦੀ ਇਹ ਆ ਜਦੋਂ ਵਿਪਦਾ ਪੈ ਜਾਂਦੀ ਉਸ ਤੋਂ ਬਾਅਦ ਜਿਹੜੇ ਆ ਪ੍ਰਵੈਂਟਿਵ ਮੈਜਰ ਚੱਕਦੇ ਆ, ਪਹਿਲਾਂ ਤਿਆਰੀ ਨਹੀਂ ਕਰਦੇ। ਇਹ ਇਹਦੇ ਬਾਰੇ ਪ੍ਰਸ਼ਾਸਨ ਨੂੰ ਜ਼ਰੂਰ ਸੋਚਣਾ ਪਊਗਾ। ਜਲੰਧਰ ਸੀਟ ਕੀ ਲੱਗਦਾ ਬਾਈ ਇਲੈਕਸ਼ਨ ਨੂੰ ਲੈ ਕੇ? ਨਹੀਂ, ਦੇਖੋ ਜਲੰਧਰ ਸੀਟ ਨੋ ਡਾਊਟ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਕੰਫਰਟੇਬਲੀ ਜਿੱਤੂਗੀ, ਕਿਉਂਕਿ ਆਮ ਆਦਮੀ ਪਾਰਟੀ ਦੇ ਬੜਾ ਜਿਹੜਾ ਕੈਂਡੀਡੇਟ ਆ ਬੜਾ ਇਮਾਨਦਾਰ ਸਾਫ਼ ਸੁਥਰੀ ਛਵੀ ਵਾਲਾ ਇੱਕ ਰਾਜਨੀਤਿਕ ਪਰਿਵਾਰ ਹੈ ਜਿਹਨਾਂ ਲੰਬੇ ਸਮੇਂ ਤੋਂ ਜਲੰਧਰ ਵੈਸਟ ਦੀ ਸੇਵਾ ਵੀ ਕੀਤੀ ਹੈ ਔਰ ਬਤੌਰ MLA ਜਾਂ ਮਿਨਿਸਟਰ ਵੀ ਰਹੇ ਉਹਨਾਂ ਦੇ ਪਿਤਾ ਜੀ। ਕਦੀ ਉਹਨਾਂ 'ਤੇ ਕੋਈ ਐਲੀਗੇਸ਼ਨ ਨਹੀਂ ਹੈ, ਕੋਈ ਦਾਗ ਨਹੀਂ ਹੈ। ਉੱਥੇ ਲੜਾਈ ਇੱਕ ਇਮਾਨਦਾਰ ਅਤੇ ਸਾਫ਼ ਸੁਥਰੇ ਕਿਰਦਾਰ ਦਾ ਕੈਂਡੀਡੇਟ ਵਰਸਿਸ ਤਮਾਮ ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਦੂਜਿਆਂ 'ਤੇ ਲੱਗ ਰਹੇ ਕਾਂਗਰਸ ਬੀਜੇਪੀ ਦੇ ਜਿਨ੍ਹਾਂ ਨੇ ਕਾਰਪੋਰੇਸ਼ਨ ਖਾ ਲਈ ਕਈਆਂ 'ਤੇ ਸੱਟਾ ਦੜਾ ਜੋ ਮਰਜ਼ੀ ਕਹਿ ਲਓ ਬੀਜੇਪੀ ਦਾ ਜਿਹੜਾ ਕੈਂਡੀਡੇਟ 'ਤੇ ਸਾਰੇ ਤਰ੍ਹਾਂ ਦੇ ਐਲੀਗੇਸ਼ਨ। ਇਹ ਉਹਦੀ ਆਪਸੀ ਲੜਾਈ, ਇੱਕ ਸਾਫ਼ ਛਵੀ ਵਾਲਾ ਕੈਂਡੀਡੇਟ, ਦੂਜੇ ਪਾਸੇ ਤਮਾਮ ਤਰ੍ਹਾਂ ਦੇ ਜਿਨ੍ਹਾਂ 'ਤੇ ਦੋਸ਼ ਹੈ ਐਲੀਗੇਸ਼ਨ। ਜਲੰਧਰ ਦੇ ਲੋਕਾਂ ਨੇ ਇੱਕ ਇਮਾਨਦਾਰ ਬੰਦੇ ਨੂੰ ਚੁਣਕੇ, ਸਾਨੂੰ ਪੂਰੀ ਉਮੀਦ। ਲਾਸਟ ਸਵਾਲ, ਪਿਛਲੇ ਦਿਨਾਂ ਤੁਹਾਡੇ ਇੱਕ ਬਿਆਨ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਹੋਈ ਸੀ, ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਬਿਊਰੋਕਰੇਸੀ ਨੂੰ ਲੈ ਕੇ ਓਪੋਜੀਸ਼ਨ ਕਹਿੰਦੀ ਕਿ ਬਿਊਰੋਕਰੇਸੀ ਦੇ ਜ਼ਰੀਏ ਆਮ ਆਦਮੀ ਪਾਰਟੀ ਜਿਹੜਾ ਕੰਟਰੋਲ ਕਰਨਾ ਚਾਹੁੰਦੀ ਹੈ? ਦੇਖੋ, ਮੈਂ ਉਹ 'ਚ ਇੱਕ ਆਸਪੈਕਟ ਨੂੰ ਹਾਈਲਾਈਟ ਕੀਤਾ ਗਿਆ। ਮੇਰਾ ਇਹ ਅੱਜ ਵੀ ਮੰਨਣਾ ਹੈ ਕਿ ਚਾਹੇ ਉਹ ਸਿਵਲ ਆਫਿਸਰ ਹੋਣ ਚਾਹੇ ਪੁਲਿਸ ਦੇ ਅਧਿਕਾਰੀ ਹੋਣ, ਸਾਰੇ ਮਾੜੇ ਨਹੀਂ ਹੁੰਦੇ ਅਤੇ ਸਾਰੇ ਚੰਗੇ ਵੀ ਨਹੀਂ ਹੈ। ਬਲੈਕ ਸ਼ੀਪ ਆਲਵੇਜ਼ ਦੇਅਰ। ਕਈ ਜਿਹੜੇ ਅਫਸਰ ਹੈ ਉਹ ਕਿਉਂਕਿ ਲੰਬੇ ਸਮੇਂ ਤੱਕ ਅਕਾਲੀ ਔਰ ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਉਹਨਾਂ ਦੇ ਧੜੇ 'ਚ ਉਹਨਾਂ ਦੀ ਐਫੀਲੀਏਸ਼ਨ ਹੈ, ਉਹ ਨੰਗੇ ਚਿੱਟੇ ਹੋ ਕੇ ਉਹਨਾਂ ਦੀ ਸਪੋਰਟ ਕਰਦੇ ਔਰ ਜਦੋਂ ਸਾਡੇ ਜਿਹੜੇ ਵਰਕਰ ਸਾਹਿਬਾਨ ਹੈ ਜਿਹੜੇ ਸਾਡੇ ਵਲੰਟੀਅਰ ਆ ਉਹ ਜਦੋਂ ਜਾਂਦੇ ਉਹਨਾਂ ਨੂੰ ਹਿਊਮੀਲੇਟ ਕੀਤਾ ਜਾਂਦਾ ਔਰ ਇਹ ਕੋਈ ਨਵੀਂ ਪਰੰਪਰਾ ਨਹੀਂ ਹੈ, ਇਹ 2 ਸਾਲ ਤੋਂ ਅਸੀਂ ਦੇਖ ਰਹੇ ਹਾਂ ਔਰ ਇਹੋ ਜਿਹੀਆਂ ਬਹੁਤ ਸਾਰੀਆਂ ਬਲੈਕ ਸ਼ੀਪ ਆਈਡੈਂਟੀਫਾਈ ਵੀ ਕੀਤੀਆਂ। ਲੇਕਿਨ ਇਹਦੇ ਨਾਲ ਨਾਲ ਪੈਰਲਰ ਹੀ ਬਹੁਤ ਚੰਗੇ ਅਫਸਰ ਵੀ ਹੈ ਪੰਜਾਬ 'ਚ ਔਰ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਸ਼ਿਸ਼ ਕਰ ਰਹੇ ਚੰਗੇ ਅਫਸਰਾਂ ਦੀ ਟੀਮ ਬਣਾ ਕੇ ਪੰਜਾਬ ਨੂੰ ਬਿਹਤਰ ਤਰੀਕੇ ਨਾਲ ਅੱਗੇ ਲਿਜਾਇਆ ਜਾਵੇ।